ਅਸੀਂ ਇਹਨੂੰ ਕੱਲ ਰਾਤ ਰੈਸਟ ਕੀਤਾ ਸੀਗਾ ਜੀ। ਅੱਜ ਸਵੇਰੇ ਰਿਕਵਰੀ ਲਈ ਜੋ ਇਹਨੇ ਡਿਸਕਲੋਜ਼ ਕੀਤਾ ਸੀ 2 KG ਹੈਰੋਇਨ ਉਹਦੀ ਰਿਕਵਰੀ ਲਈ ਅਸੀਂ ਆਏ ਸੀਗੇ। ਫਾਇਰ ਕਰਦਾ ਤੇ ਮੌਕੇ ਤੋਂ ਭੱਜਿਆ, ਪੁਲਿਸ ਨੇ ਵੀ ਸੈਲਫ ਡਿਫੈਂਸ ਚ ਫਾਇਰ ਕੀਤੇ। ਸਾਡੇ ਇੱਕ ਹੋਰ ਪੁਲਿਸ ਅਫਸਰ ਦੀ ਪੱਗ ਦੇ ਫਰੰਟ ਤੋਂ ਸਾਈਡ ਤੋਂ ਗੋਲੀ ਐਂਟਰ ਕੀਤੀ, ਪਿੱਛੋਂ ਨਿਕਲ ਗਈ, ਲਕੀ ਬਚਾਅ ਹੋ ਗਿਆ ਜੀ। ਤੇ ਉਹਦੇ ਦੌਰਾਨ ਫਿਰ ਜਦੋਂ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਤੇ ਇਹਦੀ ਉੱਥੇ ਡੈਥ ਹੋ ਗਈ। ਹਾਂ, ਬਾਡੀ ਦੇਖੋ ਇਹਦੇ ਚ ਬਕਾਇਦਾ ਜੋ ਇੱਕ ਪ੍ਰੋਸੈਸ ਹੈ ਜੀ, ਮੈਜਿਸਟਰੀਅਲ ਇਨਕੁਆਇਰੀ ਸ਼ੁਰੂ ਹੋ ਗਈ ਆ, ਮੈਜਿਸਟਰੇਟ ਸਾਹਿਬ ਇੱਥੇ ਹੈਗੇ ਆ, ਅਸੀਂ ਤਾਂ ਇੱਧਰ ਆ ਗਏ, ਉਹ ਆਪਦਾ ਸਾਰਾ ਸਪੋਟ ਦਾ ਨਿਰੀਖਣ ਕਰ ਰਹੇ ਆ, ਜੋ ਕੁਛ ਕਰਨਾ ਉਹਨਾਂ ਨੇ ਕਰਨਾ ਆ, ਤੇ ਬਕਾਇਦਾ ਹੁਣ ਪੋਸਟਮਾਰਟਮ ਹੋਊਗਾ, ਬੋਰਡ ਤੋਂ ਪੋਸਟਮਾਰਟਮ ਹੋਊਗਾ। ਇਹ ਸਰ ਕਿੰਨੇ ਪਰਚੇ ਸੀ ਇਹਦੇ ਪਹਿਲੇ ਉਹਦੇ ਵਿੱਚ ਲੈਂਦਾ ਸੀ? ਹਾਂਜੀ, ਜਿਹੜਾ ਸਿਰ ਸਬਜ਼ੀ ਵਾਲੇ ਦਾ ਨਹੀਂ, ਸਬਜ਼ੀ ਵਾਲੇ ਚ ਨਹੀਂ ਸੀ, ਹੈ ਸਬਜ਼ੀ ਵਾਲੇ ਚ ਦੂਜੇ ਮੁਲਜ਼ਮ ਸੀ, ਉਹ ਅਰੈਸਟ ਹੋ ਚੁੱਕੇ ਆ। ਇਹ ਚਾਰ ਜਿਹੜੇ ਡਿਫਰੈਂਟ ਕਤਲ ਹੋਏ ਸੀਗੇ ਜੀ, ਬਾਬੇ ਦਾ ਹੋਇਆ ਸੀ, ਫਿਰ ਸਾਜਨ ਪ੍ਰਧਾਨ ਉਹਦੇ ਨਾਲ ਇੱਕ ਹੋਰ ਜੇਈ ਸਾਹਿਬ ਦਾ, ਉਹ ਵੀ ਵਿਚਾਰਾ ਮਰ ਗਿਆ ਸੀਗਾ। ਇਹਦੇ ਚਾਰ ਜਿਹੜੇ ਡਿਫਰੈਂਟ ਕਤਲ ਸੀਗੇ ਜੰਡਾਲੇ ਸ਼ਹਿਰ ਚ, ਉਹਨਾਂ ਸੀ ਸਬਜ਼ੀ ਵਾਲੇ ਚ ਨਹੀਂ ਸੀ। ਹੈ ਕੱਲ ਜਦੋਂ ਅਸੀਂ ਅਰੈਸਟ ਕੀਤਾ ਸੀਗਾ, ਉਹ ਜਿਹੜਾ ਡਿਊ ਪ੍ਰੋਸੈਸ ਲਾਅ ਦਾ ਫਾਲੋ ਕਰਕੇ ਅਸੀਂ ਘਰਦਿਆਂ ਨੂੰ ਇਨਫੋਰਮ ਕਰਤਾ ਸੀ ਕਿ ਇਹਨੂੰ ਅਸੀਂ ਕੱਲ ਅਰੈਸਟ ਕੀਤਾ, ਜੋ ਕਿਤੇ ਗਾਈਡਲਾਈਨਸ ਹੁੰਦੀ ਹੈ। ਕਿੰਨੇ ਰਾਊਂਡ ਫਾਇਰ ਹੋਏ? ਕਿੰਨੇ ਰਾਊਂਡ ਫਾਇਰ ਹੋਏ ਸਰ? ਮੈਨੂੰ ਹਲੇ ਕੋਈ ਇਹਦਾ ਨਹੀਂ ਪਤਾ ਜੀ, ਪਿੰਡਾਂ ਚ ਜੋ ਆਪਣਾ ਹੁੰਦਾ ਹੈ। ਸਰ ਅਰੈਸਟ ਕਿਤੋਂ ਕੀਤਾ ਸੀ ਜੀ? ਕੱਲ ਅਰੈਸਟ ਕਿਤੋਂ ਕੀਤਾ? ਅਰੈਸਟ ਇਹਨੂੰ ਜੰਡਾਲੇ ਦੇ ਹੀ ਏਰੀਆ ਚੋਂ ਕੀਤਾ ਸੀਗਾ ਜੀ। ਅਰੈਸਟ ਕਰਨ ਤੋਂ ਬਾਅਦ ਇਹਦੇ ਘਰਦਿਆਂ ਨੂੰ ਬਕਾਇਦਾ ਇਨਫੋਰਮ ਕੀਤਾ ਗਿਆ ਸੀਗਾ, ਸਾਰਾ ਕੁਝ ਹੋ ਗਿਆ। ਸਰ ਕਿੰਨੇ ਰਾਊਂਡ ਫਾਇਰ ਹੋਏ ਸੀ? ਠੀਕ ਹੈ ਸਰ, ਥੈਂਕ ਯੂ। ਉਹ ਹੁਣ ਸਾਰਾ ਚੱਲ ਰਿਹਾ ਜੀ, ਹੁਣ ਮੈਂ ਕਿਉਂਕਿ ਮੈਜਿਸਟਰੇਟ ਇਨਕੁਆਇਰੀ ਦਾ ਹਿੱਸਾ ਜੀ, ਮੈਂ ਹੋ ਗਿਆ। ਅਸੀਂ ਇਹਨੂੰ ਕੱਲ ਰਾਤ ਅਰੈਸਟ ਕੀਤਾ ਸੀਗਾ ਜੀ। ਅੱਜ ਸਵੇਰੇ ਰਿਕਵਰੀ ਲਈ ਜੋ ਇਹਨੇ ਡਿਸਕਲੋਜ਼ ਕੀਤਾ ਸੀ 2 KG ਹੈਰੋਇਨ ਉਹਦੀ ਰਿਕਵਰੀ ਲਈ ਅਸੀਂ ਆਏ ਸੀਗੇ। ਇਹਨੇ ਇਹ ਨਹੀਂ ਸੀ ਦੱਸਿਆ ਵੀ ਉੱਥੇ ਇਹਨੇ ਪਿਸਟਲ ਵਿੱਚ ਪਾ ਕੇ ਰੱਖਿਆ ਹੋਇਆ ਹੈ। ਇਹਨੇ ਪਿਸਟਲ ਉੱਥੋਂ ਜਦੋਂ ਰਿਕਵਰੀ ਕਰਾ ਰਿਹਾ ਸੀ, ਇਹਨੇ ਪਿਸਟਲ ਉੱਥੋਂ ਕੱਢਿਆ ਤੇ ਫਾਇਰ ਕੀਤਾ, ਜਿਹਦੇ ਵਿੱਚ ਸਾਡਾ ਇੱਕ ਪੁਲਿਸ ਅਫਸਰ ਜ਼ਖਮੀ ਹੋ ਗਿਆ। ਪੁਲਿਸ ਅਫਸਰ ਜ਼ਖਮੀ ਹੋ ਗਿਆ, ਉਹਨੇ ਹੱਥਕੜੀ ਸਮੇਤ ਹੀ ਫਾਇਰ ਕਰਤਾ ਤੇ ਮੌਕੇ ਤੋਂ ਭੱਜਿਆ, ਪੁਲਿਸ ਨੇ ਵੀ ਸੈਲਫ ਡਿਫੈਂਸ ਫਾਇਰ ਕੀਤੇ। ਸਾਡੇ ਇੱਕ ਹੋਰ ਪੁਲਿਸ ਅਫਸਰ ਦੀ ਪੱਗ ਦੇ ਫਰੰਟ ਤੋਂ ਸਾਈਡ ਤੋਂ ਗੋਲੀ ਐਂਟਰ ਕੀਤੀ, ਪਿੱਛੋਂ ਨਿਕਲ ਗਈ, ਲਕੀ ਬਚਾਅ ਹੋ ਗਿਆ ਜੀ। ਤੇ ਉਹਦੇ ਦੌਰਾਨ ਫਿਰ ਜਦੋਂ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਤੇ ਇਹਦੀ ਉੱਥੇ ਡੈਥ ਹੋ ਗਈ। ਹਾਂ, ਬਾਡੀ ਦੇਖੋ ਇਹਦੇ ਚ ਬਕਾਇਦਾ ਜੋ ਇੱਕ ਪ੍ਰੋਸੈਸ ਹੈ ਜੀ, ਮੈਜਿਸਟਰੀਅਲ ਇਨਕੁਆਇਰੀ ਸ਼ੁਰੂ ਹੋ ਗਈ ਆ, ਮੈਜਿਸਟਰੇਟ ਸਾਹਿਬ ਇੱਥੇ ਹੈਗੇ ਆ, ਅਸੀਂ ਤਾਂ ਇੱਧਰ ਆ ਗਏ, ਉਹ ਆਪਦਾ ਸਾਰਾ ਸਪੋਟ ਦਾ ਨਿਰੀਖਣ ਕਰ ਰਹੇ ਆ, ਜੋ ਕੁਛ ਕਰਨਾ ਉਹਨਾਂ ਨੇ ਕਰਨਾ ਆ, ਤੇ ਬਕਾਇਦਾ ਹੁਣ ਪੋਸਟਮਾਰਟਮ ਹੋਊਗਾ, ਬੋਰਡ ਤੋਂ ਪੋਸਟਮਾਰਟਮ ਹੋਊਗਾ। ਇਹ ਸਰ ਕਿੰਨੇ ਪਰਚੇ ਸੀ ਇਹਦੇ ਪਹਿਲੇ ਜੀ ਉਹਦੇ ਵਿੱਚ ਲੈਂਦਾ ਸੀ? ਹਾਂਜੀ, ਜਿਹੜਾ ਸਿਰ ਸਬਜ਼ੀ ਵਾਲੇ ਦਾ ਕਤਲ? ਨਹੀਂ, ਸਬਜ਼ੀ ਵਾਲੇ ਚ ਨਹੀਂ ਸੀ, ਹੈ ਸਬਜ਼ੀ ਵਾਲੇ ਚ ਦੂਜੇ ਮੁਲਜ਼ਮ ਸੀ, ਉਹ ਅਰੈਸਟ ਹੋ ਚੁੱਕੇ ਆ। ਇਹ ਚਾਰ ਜਿਹੜੇ ਡਿਫਰੈਂਟ ਕਤਲ ਹੋਏ ਸੀਗੇ ਜੀ, ਬਾਬੇ ਦਾ ਹੋਇਆ ਸੀ, ਫਿਰ ਸਾਜਨ ਪ੍ਰਧਾਨ ਉਹਦੇ ਨਾਲ ਇੱਕ ਹੋਰ ਜੇਈ ਸਾਹਿਬ ਦਾ, ਉਹ ਵੀ ਵਿਚਾਰਾ ਮਰ ਗਿਆ ਸੀਗਾ। ਇਹਦੇ ਚਾਰ ਜਿਹੜੇ ਡਿਫਰੈਂਟ ਕਤਲ ਸੀਗੇ ਜੰਡਾਲੇ ਸ਼ਹਿਰ ਚ, ਉਹਨਾਂ ਸੀ ਸਬਜ਼ੀ ਵਾਲੇ ਚ ਨਹੀਂ ਸੀ। ਹੈ ਹਲੇ ਹੁਣ ਤਾਂ ਸਾਰਾ ਹੈ, ਸਾਨੂੰ ਕੋਈ ਫੋਨ ਨਹੀਂ ਆਇਆ ਜੀ।
ਜੋ ਇੱਕ ਪ੍ਰੋਸੀਜਰ ਹੈਗਾ ਆ ਜੋ ਹੈ ਪ੍ਰੋਸੈਸ ਸਾਰਾ ਅਸੀਂ ਅਡਾਪਟ ਕਰਾ ਕੇ ਸਾਰਾ ਚੱਲ ਰਿਹਾ ਜੀ। ਹੁਣ ਮੈਜਿਸਟਰੇਟ ਸਾਹਿਬ ਆ ਗਏ ਆ ਜੀ ਜਿਨ੍ਹਾਂ ਨੇ ਇਹ ਸਾਰਾ ਪ੍ਰੋਸੈਸ ਅਡਾਪਟ ਕਰਨਾ। ਕੱਲ ਜਦੋਂ ਅਸੀਂ ਅਰੈਸਟ ਕੀਤਾ ਸੀਗਾ ਉਹ ਜਿਹੜਾ ਡਿਊ ਪ੍ਰੋਸੈਸ ਲਾਅ ਦਾ ਫਾਲੋ ਕਰਕੇ ਅਸੀਂ ਘਰਦਿਆਂ ਨੂੰ ਇਨਫੋਰਮ ਕਰਤਾ ਸੀ ਫਿਰ ਨੂੰ ਅਸੀਂ ਕੱਲ ਅਰੈਸਟ ਕੀਤਾ ਜੋ ਕਿਤੇ ਗਾਈਡਲਾਈਨਸ ਹੁੰਦੀ ਆ। ਕਿੰਨੇ ਰਾਊਂਡ ਫਾਇਰ ਹੋਏ ਸਰ? ਨਹੀਂ ਮੈਂ ਮੈਨੂੰ ਹਾਲੇ ਕੋਈ ਇਹਦਾ ਨਹੀਂ ਪਤਾ ਜੀ। ਪਿੰਡਾਂ 'ਚ ਜੋ ਆਪਣਾ ਅਰੈਸਟ ਇਹਨੂੰ ਜੰਡਿਆਲੇ ਦੇ ਹੀ ਏਰੀਏ 'ਚੋਂ ਕੀਤਾ ਸੀਗਾ ਜੀ। ਅਰੈਸਟ ਕਰਨ ਤੋਂ ਬਾਅਦ ਇਹਦੇ ਘਰਦਿਆਂ ਨੂੰ ਬਕਾਇਦਾ ਇਨਫੋਰਮ ਕੀਤਾ ਗਿਆ ਸੀਗਾ, ਸਾਰਾ ਕੁਛ ਹੋ ਗਿਆ ਸੀ। ਕਿੰਨੇ ਰਾਊਂਡ ਫਾਇਰ ਹੋਏ? ਉਹ ਹੁਣ ਸਾਰਾ ਚੱਲ ਰਿਹਾ ਜੀ। ਹੁਣ ਮੈਂ ਕਿਉਂਕਿ ਮੈਜਿਸਟਰੇਟ ਇਨਕੁਆਇਰੀ ਦਾ ਹਿੱਸਾ ਜੀ ਮੈਂ ਹੋ ਗਿਆ।